ਹਲਕਾ ਦੱਖਣੀ ਦੀ ਵਾਰਡ ਨੰਬਰ 65 ਦੇ ਵਾਸੀਆਂ ਨੇ ਥਾਣਾ ਸੀ ਡਿਵੀਜ਼ਨ ਚੌਂਕ ਵਿਖੇ ਰੋਸ ਪ੍ਰਦਰਸ਼ਨ ਕੀਤਾ। ਪ੍ਰਧਾਨ ਸੰਨੀ ਕੁਮਾਰ, ਸੰਤ ਰੂਪ ਲਾਲ ਅਤੇ ਮਹਿਲਾਵਾਂ ਨੇ ਆਖਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਗਿਲਵਾਲੀ ਗੇਟ ਇਲਾਕੇ ਵਿੱਚ ਪੀਣ ਵਾਲਾ ਪਾਣੀ ਨਹੀਂ ਆ ਰਿਹਾ। ਸੀਵਰੇਜ ਬਲੌਕ ਹੋਣ ਕਾਰਨ ਗਲੀਆਂ ਵਿੱਚ ਗੰਦਾ ਪਾਣੀ ਖੜ੍ਹਾ ਹੈ ਅਤੇ ਗੰਦਾ ਪਾਣੀ ਘਰਾਂ ਵਿੱਚ ਵੜ ਰਿਹਾ ਹੈ। ਉੱਧਰ ਗਰਮੀ ਦਾ ਕਹਿਰ ਜਾਰੀ ਹੈ ਅਤੇ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਹਨ, ਜਿਸ ਵੱਲ ਸੰਬੰਧਿਤ ਵਿਭਾਗਾਂ ਦਾ ਕੋਈ ਧਿਆਨ ਨਹੀਂ ਹੈ। ਭਾਰਤ ਮਲਿਕ, ਭੋਲੂ ਪਹਿਲਵਾਨ, ਕਰਨ ਪ੍ਰਧਾਨ, ਬੋਬੀ ਪ੍ਰਧਾਨ ਵੀ ਮੌਜੂਦ ਸਨ। ਅੱਜ ਦੇ ਧਰਨੇ ਦਾ ਕਾਰਨ ਸਾਡੇ ਵਾਰਡ ਨੰਬਰ 65 ਵੱਲੋਂ ਇਲਾਕਾ ਵਾਸੀਆਂ ਵੱਲੋਂ ਕਾਫੀ ਦੇਰ ਦੀਆਂ ਪਾਣੀ ਦੀ ਪ੍ਰੋਬਲਮਾਂ, ਬੱਤੀ ਦੀ ਪ੍ਰੋਬਲਮਾਂ, ਸੀਵਰ ਦੀ ਪ੍ਰੋਬਲਮ ਆਉਂਦੀਆਂ ਸੀ। ਆਪਾਂ ਸਰਕਾਰ ਨੂੰ, ਆਪਣੇ MLA ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ, ਪ੍ਰਸ਼ਾਸਨ ਨੂੰ ਵੀ ਦੱਸਿਆ, ਕਮਿਸ਼ਨਰ ਸਾਹਿਬ ਨੂੰ ਦੱਸਿਆ। 15 ਦਿਨ ਹੋ ਗਏ ਸਾਡੇ ਇਲਾਕੇ 'ਚ ਪਾਣੀ ਪੀਣ ਵਾਲਾ ਨਾ ਬੱਤੀ ਆ, ਕਿਉਂਕਿ ਬੱਚੇ ਵੀ ਸਕੂਲ ਜਾਣ ਵਾਲੇ ਬੈਠੇ ਰਹੇ ਆ, ਨਹਾਉਣ ਤੋਂ ਬੈਠੇ ਰਹੇ ਆ, ਨੌਕਰੀਆਂ ਪੇਸ਼ਾ ਵਾਲੇ ਪਰਿਵਾਰ ਆ ਸਾਰੇ। ਆਪਾਂ ਕਹਿੰਦੇ ਹਾਂ ਵੀ ਸਾਡੇ ਹੱਕ ਸਾਡੇ ਵਾਰਡ ਨੰਬਰ 65 ਨੂੰ ਦਿੱਤੇ ਜਾਣ। ਸਾਡੇ ਗਲਵਾਰੀ ਗੇਟ 'ਚ ਮਹੀਨਾ ਹੀ ਹੋ ਚਲਾ ਜੀ, ਪਾਣੀ ਨਹੀਂ ਆ ਰਿਹਾ। ਕਦੀ ਜੇਈ ਸਾਹਿਬ ਕੋਲ ਜਾਈਦਾ ਵਾ, ਕਦੀ ਕਾਰਪੋਰੇਸ਼ਨ ਦੇ ਅਫਸਰਾਂ ਕੋਲ ਜਾਈਦਾ ਵਾ। ਕਾਰਪੋਰੇਸ਼ਨ ਵਾਲੇ ਕਹਿੰਦੇ ਜੀ ਅਸੀਂ ਪੈਸਾ ਉਹਨਾਂ ਨੂੰ ਦੇ ਦਿੱਤਾ ਵਾ, ਸਾਡੇ ਕੋਲ ਲੈਟਰ ਵੀ ਗਿਆ ਪੈਸਿਆਂ ਦੀ। ਜਦੋਂ ਆਪਾਂ ਬਿਜਲੀ ਮਹਿਕ ਬੋਰਡ ਮੇ ਗਏ ਹਾਂ ਅਤੇ ਉੱਥੇ ਉਹਨਾਂ ਨੇ ਕਿਹਾ ਜੀ 2 ਦਿਨ ਠਹਿਰ ਜਾਓ, ਤੁਹਾਡਾ 2 ਦਿਨਾਂ ਵਿੱਚ ਕੰਮ ਹੋ ਜਾਏਗਾ। ਅਤੇ ਅੱਜ ਘੱਟੋ ਘੱਟ ਹਫ਼ਤਾ ਆ ਚੱਲਾ ਵਾ, 2 ਦਿਨ ਤਾਂ ਹੋ ਰਿਹਾ, ਹਫ਼ਤਾ ਵੀ ਬੀਤ ਚੱਲਾ ਵਾ। ਬੱਤੀ ਮਿੰਟ ਤਾਂ ਜਾਂਦੀ ਆ, ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ। ਬੱਚਿਆਂ ਦੇ ਮੂੰਹ 'ਚ ਰੋਟੀ ਹੁੰਦੀ, ਪਾਣੀ ਨਸੀਬ ਨਹੀਂ ਹੁੰਦਾ। ਕਿੰਨੀਆਂ ਮੌਤਾਂ ਪਾਣੀ ਦੇ ਕਾਰਨ ਹੁੰਦੀਆਂ ਪਈਆਂ, ਇਸ ਕਰਕੇ ਬਹੁਤ ਸ਼ਰਮ ਦੀ ਗੱਲ ਆ। ਟਾਈਮ ਸਿਰ ਪਾਣੀ ਆਵੇ, ਟਾਈਮ ਸਿਰ ਜਾਵੇ, ਟੂਟੀਆਂ 'ਚ ਪਾਣੀ ਆਉਣਾ ਚਾਹੀਦਾ। ਸਾਡੇ ਘਰਾਂ 'ਚ ਪਾਣੀ ਆਉਂਦਾ, ਘਰਾਂ 'ਚ ਬੰਦ ਆਉਂਦਾ ਵਾ। ਕੋਈ ਧਿਆਨ ਹੀ ਨਹੀਂ ਦਿੰਦਾ।